ਪਿਛਲੇ 2 ਦਿਨਾਂ ਤੋਂ ਮੌਸਮ ਦੀ ਵਿਗੜੀ ਤਬੀਅਤ ਦਾ ਸਿੱਧਾ ਅਸਰ ਲੋਕਾਂ ਉੱਤੇ ਪੈ ਰਿਹਾ ਹੈ। ਇਸ ਕਾਰਨ ਨਜ਼ਲਾ, ਖਾਂਸੀ, ਖਾਰਸ਼, ਸਿਰ ਦਰਦ, ਅੱਖਾਂ ਦਰਦ ਅਤੇ ਵਾਇਰਲ ਬੁਖਾਰ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਬਾਰੇ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬੇਵਸ ਨਜ਼ਰ ਆ ਰਿਹਾ ਹੈ। ਨਾਭਾ ਵਿੱਚ ਵੀ ਧੂੰਏ ਦੇ ਨਾਲ ਲੋਕਾਂ ਲਈ ਪ੍ਰੇਸ਼ਾਨੀਆਂ ਖੜੀਆਂ ਹੋ ਗਈਆਂ ਨੇ। ਇਸ ਕਾਰਨ ਰਾਤ ਸਮੇਂ ਆਵਾਜਾਈ ਦੀ ਰਫ਼ਤਾਰ ਮਿੱਠੀ ਹੋ ਗਈ ਹੈ। ਜ਼ਿਕਰੇ ਖਾਸ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦੀ ਇਨ ਬਿਨ ਪਾਲਣਾ ਕਰਦੇ ਹੋਏ ਪਰਾਲੀ ਸਾੜਨ ਉੱਤੇ ਪਾਬੰਦੀ ਲਗਾਈ ਗਈ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਬਿਆਨ ਨਾਲ ਸਮੁੱਚੇ ਕਿਸਾਨਾਂ ਨੂੰ ਪਰਾਲੀ ਸਾੜਨ ਦਾ ਹੌਸਲਾ ਮਿਲ ਗਿਆ ਸੀ। ਪਰਾਲੀ ਨੂੰ ਲਾਈ ਅੱਗ ਕਾਰਨ ਨਾਭਾ ਸਣੇ ਪੰਜਾਬ ਦੇ ਲੋਕਾਂ ਦੇ ਸਾਹ ਚੜੇ ਹੋਏ ਨੇ। ਲਾਈ ਜਾ ਰਹੀ ਹੈ ਹੁਣ, ਜਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਮਾਹੌਲ ਹੈ, ਐਂ ਲੱਗ ਰਿਹਾ ਹੈ ਵੀ ਜਿਵੇਂ ਧੁੰਦ ਪੈ ਰਹੀ ਹੈ, ਪਰ ਇਹ ਧੁੰਦ ਨਹੀਂ ਹੈਗਾ, ਇਹ ਧੂੰਆਂ ਹੈਗਾ। ਅੱਖਾਂ ਜਲ ਰਹੀਆਂ ਨੇ, ਖਾਂਸੀ ਉੱਠ ਰਹੀ ਹੈ, ਗਲੇ ਖਰਾਬ ਹੋਏ ਪਏ ਨੇ ਅਤੇ ਐਕਸੀਡੈਂਟ ਦੇ ਖਤਰੇ ਬਣ ਰਹੇ ਨੇ। ਐਕਸੀਡੈਂਟ ਹੋਏ ਵੀ ਨੇ, ਅੱਜ ਕਈ ਐਕਸੀਡੈਂਟ ਹੋਏ ਵੀ ਨੇ, ਤਾਂ ਤੁਸੀਂ ਆਪ ਦੇਖ ਸਕਦੇ ਹੋ। ਅਸੀਂ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਵੀ ਜੋ ਉਹਨੇ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਨਾ ਚਾਹੀਦਾ, ਪਰ ਲੋਕ ਫਿਰ ਵੀ ਉਹਨਾਂ ਦੇ ਵਿਰੁੱਧ ਜਾ ਕੇ ਅੱਗ ਲਾ ਰਹੇ ਨੇ ਪਰਾਲੀਆਂ ਨੂੰ। ਬਹੁਤ ਬੁਰਾ ਹਾਲ ਆ ਜੀ, ਦੇਖੋ ਹਜੇ ਸ਼ਾਮ ਦੇ 7 ਵਜੇ ਹਨ, ਰਾਤ ਨੂੰ 10 ਵਜੇ ਤੱਕ ਕਮਰਿਆਂ ਦੇ ਵਿੱਚ ਇੰਨਾ ਕੁ ਬੁਰਾ ਹਾਲ ਹੋ ਜਾਂਦਾ ਕਿ ਬੱਚਿਆਂ ਨੂੰ ਕਿ ਬੜਿਆਂ ਨੂੰ ਕਿ ਬਜ਼ੁਰਗਾਂ ਨੂੰ ਕਿ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ, ਅੱਖਾਂ ਜਲਨ ਕਰਦੀਆਂ ਹਨ।